तुसीं देख रहे हो रोजाना लोकनाथ टीवी का स्पैशल प्रोग्राम खबर सवेर ते तुहाडे नाल आ गुरप्रीत सिंह चट्ठा चर्चा करन जा रहे हैं। हुण तक दीआं कुछ वड्डीआं ते अहम खबरां नूं लै के सब तो पहलां गल करांगे मान सरकार दे वल्लों भाजपा च शामिल होए साबका कांग्रसियां ते वड्डी कार्रवाई होण जा रही है। किहड़े-किहड़े साबका मंत्री हुण मान सरकार दी रडार ते नज़र आ रहे ने, इस नूं लै के गलबात करांगे ते नाल ही चर्चा करांगे सिद्धू मूसेवाला कतलकांड मामले नूं लैके। लारस बिश्नोई का 7 दिन का पुलिस रिमांड हासिल किया गया है, तो इस दौरान किहड़े-किहड़े वड्डे खुलासे हो सकते हैं, किहदे-किहदे नाल तार जुड़ सकते हैं, इस नूं लैके चर्चा करांगे ते नाल ही गलबात करांगे। मान सरकार अज एक वड्डा फैसला लैन जा रही है, वड्डा ऐलान करन जा रही है, उस नूं लैके भी गलबात करांगे। ते प्रोग्राम दे विच साडे नाल शामिल होए ने सियासी माहिर प्रोफेसर मनजीत सिंह अणखी। सब तो पहला स्वागत करांगे अणखी साहब, प्रोग्राम च निघा स्वागत है जी। बहुत बहुत शुक्रिया अणखी साहब। जिस तरीके दे नाल जिहड़े कांग्रेस साबका कांग्रसी ने उन्हां दे उत्ते तां वड्डी कार्रवाई हुंदी नज़र आ रही है, पर कई ने जिहड़े इस डर पक्खों भाजपा दे विच चले गए सीगे, तां की लगदा है उन्हां दे उत्ते भी कार्रवाई की हुण तैयारी लग रही है? चट्ठा साहब, अज तों 2 जां 3 दिन पहलां कुलदीप धालीवाल हुणां दी एक प्रैस कॉन्फ्रेंस आपां सुन रहे सां जी, ਤਾਂ ਉਹਦੇ ਵਿੱਚ ਪੱਤਰਕਾਰਾਂ ਨੇ ਜਦੋਂ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਹਾਡੇ ਰਡਾਰ ਤੇ ਕੀ ਹੁਣ ਸਿਰਫ ਉਹੀ ਵਿਅਕਤੀ ਨੇ ਜਿਹੜੇ ਕਾਂਗਰਸ ਸਾਬਕਾ ਕਾਂਗਰਸੀ ਵਿਧਾਇਕ ਜਾਂ ਮੰਤਰੀ ਨੇ ਜਾਂ ਕੋਈ ਹੋਰ ਵੀ, ਤਾਂ ਕੁਲਦੀਪ ਧਾਲੀਵਾਲ ਉਹਨਾਂ ਨੇ ਬਿਲਕੁਲ ਸਾਫ਼ ਤੇ ਸਪਸ਼ਟ ਸ਼ਬਦਾਂ ਵਿੱਚ ਆਖਿਆ ਸੀ ਕਿ ਸਾਡੇ ਉਹ ਸਭ ਉਹ ਵਿਅਕਤੀ ਰਡਾਰ ਤੇ ਨੇ, ਸਾਬਕਾ ਮੰਤਰੀ ਸਾਬਕਾ ਵਿਧਾਇਕ, ਭਾਵੇਂ ਕਿਸੇ ਵੀ ਪਾਰਟੀ ਦੇ ਹੋਣ, ਭਾਵੇਂ ਕਿਸੇ ਵੀ ਪਾਰਟੀ 'ਚ ਛੱਡ ਕੇ ਚਲੇ ਗਏ ਹੋਣ, ਉਹ ਸਾਡੇ ਰਡਾਰ ਤੇ ਨੇ। ਇਹਦਾ ਮਤਲਬ ਇਹ ਨਹੀਂ ਕਿ ਜੇ ਕੋਈ ਬੰਦਾ ਜਿਹੜਾ ਕਾਂਗਰਸ ਨੂੰ ਛੱਡ ਕੇ ਭਾਜਪਾ 'ਚ ਦਾਖਲ ਹੋ ਗਿਆ ਤਾਂ ਉਹਦੇ ਖਿਲਾਫ਼ ਕੋਈ ਕਾਰਵਾਈ ਨਹੀਂ ਹੋਏਗੀ। ਉਹਨਾਂ ਨੇ ਇੰਨੀ ਗੱਲ ਕਹੀ ਸੀ ਕਿ ਕੋਈ ਵੀ ਵਿਅਕਤੀ, ਜਿਸ ਵੀ ਵਿਅਕਤੀ ਨੇ ਪੰਜਾਬ ਨੂੰ ਲੁੱਟਿਆ, ਪੰਜਾਬ ਨੂੰ ਕੁੱਟਿਆ ਤੇ ਪੰਜਾਬ ਦੇ ਲੋਕਾਂ ਦੇ ਨਾਲ ਦਗਾ ਕੀਤਾ, ਉਹ ਆਪਣੀ ਸਜ਼ਾ ਭੁਗਤਣ ਵਾਸਤੇ ਤਿਆਰ ਆ। ਅਸੀਂ ਉਹਨਾਂ ਦੀਆਂ ਫਾਈਲਾਂ ਸਾਰੀਆਂ ਖੋਲੀਆਂ ਨੇ, ਉਹ ਕਿਸੇ ਵੀ ਪਾਰਟੀ ਦੇ ਹੋਣ, ਕਿਸੇ ਵੀ ਪਾਰਟੀ 'ਚ ਚਲੇ ਗਏ ਹੋਣ, ਉਹਦੇ ਨਾਲ ਪੰਜਾਬ ਸਰਕਾਰ, ਮੌਜੂਦਾ ਪੰਜਾਬ ਸਰਕਾਰ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਪੂਰਨ ਤੌਰ ਤੇ ਵਚਨਬੱਧ ਆ। ਹੁਣ ਜਿਹੜੇ 4 ਜਾਂ 5 ਮੰਤਰੀ ਆ ਜਿਹੜੇ ਸਾਬਕਾ ਕਾਂਗਰਸੀ ਸਨ ਔਰ ਜਿਨ੍ਹਾਂ ਦਾ ਨਾਮ ਜਿਹੜਾ ਉਹ ਬੀਤੇ ਦੌਰ 'ਚ ਭ੍ਰਿਸ਼ਟਾਚਾਰ ਦੇ ਮੋਹਰੇ 'ਚ ਲੱਗ ਰਿਹਾ, ਜਿਨ੍ਹਾਂ ਦੇ ਵਿੱਚ ਸ਼ਾਮ ਸੁੰਦਰ ਅਰੋੜੇ ਦਾ ਨਾਮ ਨਹੀਂ ਹੈਗਾ, ਡਾਕਟਰ ਬਲਬੀਰ ਸਿੱਧੂ ਦਾ ਨਾਮ ਨਹੀਂ ਹੈਗਾ, ਗੁਰਪ੍ਰੀਤ ਕਾਂਗੜ ਦਾ ਨਾਮ ਨਹੀਂ ਹੈਗਾ, ਇਹੋ ਜਿਹੜੇ ਬੰਦੇ ਨੇ ਜਿਹੜੇ ਇਹੋ ਜਿਹੇ ਜਿਨ੍ਹਾਂ ਦਾ ਕਿਸੇ ਤਰੀਕੇ ਦਾ ਨਾਮ ਜਿਹੜੇ ਚੱਲਦੇ ਰਹੇ ਨੇ, ਤਾਂ ਇਹ ਵੀ ਸਭ ਮੰਤਰੀ ਜਾਂ ਈਵਨ ਕਿ ਅਸੀਂ ਇਹ ਵੀ ਗੱਲ ਕਹਿ ਸਕਦੇ ਕਿ ਜਿਹੜੇ ਅਜੇ ਜਾਣ ਦੀ ਤਿਆਰੀ ਵਿੱਚ ਨੇ, ਜਿਨ੍ਹਾਂ ਦੇ ਵਿੱਚ ਓਮ ਪ੍ਰਕਾਸ਼ ਸੋਨੀ ਦਾ ਨਾਮ ਨਹੀਂ ਆਉਂਦਾ ਜੋ ਪੁਰਾਣੇ ਸਿਹਤ ਮੰਤਰੀ ਸਨ। ਸੋ ਇਹੋ ਜਿਹੇ ਸਾਰੇ ਬੰਦੇ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਰਡਾਰ ਤੇ ਨੇ, ਉਹ ਭਾਵੇਂ ਕਿਸੇ ਵੀ ਪਾਰਟੀ 'ਚ ਚਲੇ ਜਾਣ। ਕੁਲਦੀਪ ਧਾਲੀਵਾਲ ਹੁਣਾਂ ਦਾ ਸਪਸ਼ਟ ਤੌਰ ਤੇ ਇਹ ਕਹਿਣਾ ਸੀ ਕਿ ਇਸ ਤਰੀਕੇ ਨਾਲ ਜਾ ਕੇ ਉਹ ਆਪਣਾ ਬਚਾਅ ਜਿਹੜਾ ਉਹ ਨਹੀਂ ਕਰ ਸਕਦੇ, ਉਹਨਾਂ ਦੇ ਖਿਲਾਫ ਜਿਨ੍ਹਾਂ ਨੇ ਵੀ ਭ੍ਰਿਸ਼ਟਾਚਾਰ ਕੀਤਾ, ਜ਼ੀਰੋ ਟਾਲਰੈਂਸ ਦੇ ਤਹਿਤ ਪੰਜਾਬ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ, ਕਿਸੇ ਵੀ ਸੰਦਰਭ ਦੇ ਵਿੱਚ ਉਹਨਾਂ ਲੋਕਾਂ ਨੂੰ ਮਾਫ਼ ਨਹੀਂ ਕਰੇਗੀ, ਉਹਨਾਂ ਨੂੰ ਸਜ਼ਾਵਾਂ ਦਵਾਏਗੀ ਦਵਾਏਗੀ। ਸੋ ਇਹ ਸਾਰੇ ਪ੍ਰਸੰਗ ਦੇ ਵਿੱਚ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਆਉਂਦਿਆਂ ਦਿਨਾਂ ਦੇ ਵਿੱਚ ਉਹ ਮੰਤਰੀ, ਮਾਫ਼ ਕਰਨਾ, ਉਹ ਸਾਬਕਾ ਮੰਤਰੀ ਜਿਹੜੇ ਹੁਣ ਭਾਵੇਂ ਕਿਸੇ ਵੀ ਪਾਰਟੀ 'ਚ ਹੋਣ, ਖਾਸ ਤੌਰ 'ਤੇ ਜਿਸ ਤਰੀਕੇ ਦਾ ਰੁਝਾਨ ਪੰਜਾਬ 'ਚ ਬਣਿਆ ਕਿ ਕਾਂਗਰਸ ਨੂੰ ਛੱਡ ਕੇ ਸਾਰੇ ਜਿਹੜੇ ਭਾਜਪਾ ਦੀ ਪੌੜ ਬੇੜੀ ਦੇ ਵਿੱਚ ਸਵਾਰ ਹੋ ਰਹੇ ਨੇ, ਤਾਂ ਉਹ ਸਮਝਦੇ ਨੇ ਕਿ ਜੇਕਰ ਅਸੀਂ ਭਾਜਪਾ ਦਾ ਪੱਲਾ ਫੜ ਲੈਂਦੇ ਹਾਂ ਤਾਂ ਸ਼ਾਇਦ ਅਸੀਂ ਸੁਰੱਖਿਅਤ ਹੋ ਜਾਈਏ। ਹੁਣ ਆਮ ਆਦਮੀ ਪਾਰਟੀ ਦੇ ਰਡਾਰ 'ਤੇ ਉਹ ਵੀ ਵਿਅਕਤੀ ਨੇ ਜਿਹੜੇ ਹੁਣ ਮੌਜੂਦਾ ਸਮੇਂ 'ਚ ਭਾਜਪਾ ਹੀ ਨੇ ਪਰ ਬੀਤੇ ਦੌਰ ਦੇ ਵਿੱਚ ਉਹ ਕਾਂਗਰਸੀ ਰਹੇ ਹਨ ਜੀ। ਬਿਲਕੁਲ, ਅਤੇ ਨਾਲ ਹੀ ਗੱਲ ਕੀਤੀ ਜਾਵੇ ਜਿਸ ਤਰੀਕੇ ਦੇ ਨਾਲ ਪਹਿਲਾਂ ਪੰਚਾਇਤੀ ਜ਼ਮੀਨਾਂ ਨੂੰ ਲੈ ਕੇ ਜਾਂ ਜਿਨ੍ਹਾਂ 'ਤੇ ਨਜਾਇਜ਼ ਤੌਰ 'ਤੇ ਕਬਜ਼ੇ ਕੀਤੇ ਹੋਏ ਸੀ ਉਹਨਾਂ ਜ਼ਮੀਨਾਂ ਨੂੰ ਲੈ ਕੇ ਕਾਰਵਾਈਆਂ ਕਰਦੀ ਮਾਨ ਸਰਕਾਰ ਨਜ਼ਰ ਆਈ ਹੈ, ਅਤੇ ਲੀਜ਼ ਨੂੰ ਲੈ ਕੇ ਜਿਹੜੀਆਂ ਜ਼ਮੀਨਾਂ ਨੇ ਜਿਨ੍ਹਾਂ ਨੇ ਦਿੱਤੀਆਂ ਹੋਈਆਂ ਨੇ, ਤਾਂ ਕੀ ਲੱਗਦਾ ਹੈ ਕਿ ਪਹਿਲਾਂ ਕਾਂਗਰਸ ਦੀ ਸਰਕਾਰ ਸੀਗੀ ਤਾਂ ਜਿਨ੍ਹਾਂ ਦੇ ਵੱਲੋਂ ਅਜਿਹਾ ਕੀਤਾ ਹੋਇਆ, ਤਾਂ ਕਿਸ ਕਿਸ 'ਤੇ ਕਾਰਵਾਈ ਹੋ ਸਕਦੀ ਹੈ, ਇਸ ਨੂੰ ਲੈ ਕੇ ਵੀ ਮਾਨ ਸਰਕਾਰ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ ਹੁਣ? ਬੜਾ ਵਧੀਆ ਪ੍ਰਸ਼ਨ ਚੱਠਾ ਸਾਹਿਬ ਕੀਤਾ ਤੁਸੀਂ ਕਿ ਇਸ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਪੰਚਾਇਤੀ ਜ਼ਮੀਨਾਂ ਜਿਹੜੀਆਂ ਨਜਾਇਜ਼ ਲੋਕਾਂ ਨੇ ਕਬਜ਼ੇ ਕੀਤੇ ਸਨ ਉਹ ਛਡਾਏ ਸਨ ਜੀ। ਹੁਣ ਇਸ ਤੋਂ ਮਗਰੋਂ ਜਿਹੜੀ ਪੰਜਾਬ ਸਰਕਾਰ ਆ ਉਹ ਜਿਹੜੇ ਬੀਤੇ ਦੌਰ 'ਚ ਸਾਬਕਾ ਕਾਂਗਰਸੀਆਂ ਨੇ ਲੀਜ਼ 'ਤੇ ਜ਼ਮੀਨਾਂ ਲਈਆਂ ਨੇ ਥੋੜ੍ਹੇ ਥੋੜ੍ਹੇ ਰੇਟਾਂ 'ਤੇ, ਉਹਨਾਂ ਦੀ ਸਮੀਖਿਆ ਹੋ ਰਹੀ ਹੈ ਅਤੇ ਉਹ ਕਬਜ਼ੇ ਉਹ ਜ਼ਮੀਨਾਂ ਦੀ ਲੀਜ਼ ਜਿਹੜੀ ਆ
ਤੜਵਾਉਣ ਦੇ ਮੂਡ ਦੇ ਵਿੱਚ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਉਹ ਨਜ਼ਰ ਆ ਰਹੀ ਹੈ ਤੇ ਇਹਦੇ ਵਾਸਤੇ ਬਕਾਇਦਾ ਤੌਰ ਤੇ ਉਹਨਾਂ ਵੱਲੋਂ ਜਾਂਚ ਜਿਹੜੀ ਸ਼ੁਰੂ ਕਰ ਦਿੱਤੀ ਗਈ ਆ ਕਿ ਕਿਸ ਤਰੀਕੇ ਦੇ ਨਾਲ ਕਰੋੜਾਂ ਦੀਆਂ ਜਿਹੜੀਆਂ ਜ਼ਮੀਨਾਂ ਨੇ ਜਾਲੀ ਟਰਸਟ ਬਣਾ ਕੇ ਤੇ ਉਹਨਾਂ ਨੇ ਆਪਣੇ ਚਹੇਤਿਆਂ ਨੂੰ ਲੀਜ਼ ਤੇ ਦਿੱਤੀਆਂ ਨੇ। ਤਾਂ ਸਭ ਤੋਂ ਪਹਿਲਾਂ ਨਾ ਇਹਦੇ ਵਿੱਚ ਡਾਕਟਰ ਬਲਬੀਰ ਸਿੰਘ ਜਿਹੜੇ ਸਿੱਧੂ ਮੋਹਾਲੀ ਵਾਲੇ ਨੇ ਜਿਹੜੇ ਹੁਣ ਭਾਜਪਾ 'ਚ ਚਲੇ ਗਏ ਨੇ, ਜਿਹੜੇ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੇ ਵਿੱਚ ਸਿਹਤ ਮੰਤਰੀ ਸਨ, ਉਹਨਾਂ ਦਾ ਇੱਕ ਟਰਸਟ ਬਣਾਇਆ ਗਊ ਸੰਮਤੀ ਦੇ ਨਾਂ ਤੇ ਇੱਕ ਟਰਸਟ ਹੈ ਉਹਨਾਂ ਦਾ ਚੱਲ ਰਿਹਾ ਤੇ ਉਹਦੇ ਉਹ ਚੇਅਰਮੈਨ ਨੇ ਤੇ ਉਸ ਜਿਹੜਾ ਟਰਸਟ ਜਿਹੜਾ ਗਊਸ਼ਾਲਾ ਜਿਹੜੀ ਹੈਗੀ ਆ 30 ਏਕੜ ਦੇ ਕਰੀਬ ਪੈਲੀ ਜਿਹੜੀ ਆ ਉਹ ਜਗ੍ਹਾ ਜਿਹੜੀ ਆ ਉਹਨਾਂ ਨੇ ਉਸ ਟਰਸਟ ਨੂੰ ਲੀਜ਼ ਤੇ ਦਿੱਤੀ ਆ। ਤਾਂ ਉਸ ਟਰਸਟ ਦੇ ਚੇਅਰਮੈਨ ਉਹ ਬਲਬੀਰ ਸਿੰਘ ਜਿਹੜੇ ਡਾਕਟਰ ਬਲਬੀਰ ਸਿੰਘ ਸਿੱਧੂ ਹਨ। ਸੋ ਇਹੋ ਜਿਹਾ ਹੀ ਹੋਰ ਗੁਰਪ੍ਰੀਤ ਕਾਂਗੜ ਦਾ ਦੇ ਕੁਝ ਚਹੇਤਿਆਂ ਨੇ ਵੀ ਚੰਡੀਗੜ੍ਹ ਦੇ ਲਾਗੇ ਜਿਹੜੀ ਕਥਾ ਤੌਰ ਤੇ ਕਹਿੰਦੇ ਆ ਕਿ ਲੀਜ਼ ਤੇ ਕੋਈ ਜ਼ਮੀਨ ਜਿਹੜੀ ਲਈ ਆ। ਇਸੇ ਤਰ੍ਹਾਂ ਇੱਕ ਫਿਲਮ ਸਿਟੀ ਹੈ ਚੰਡੀਗੜ੍ਹ ਦੇ ਲਾਗੇ ਬਣਿਆ, ਦੂਜਾ ਜਿਹੜੀ ਇੱਕ ਯੂਨੀਵਰਸਿਟੀ ਆ ਚੰਡੀਗੜ੍ਹ ਦੇ ਲਾਗੇ ਬਣੀ, ਉਹ ਵੀ ਇੱਕ ਮੰਤਰੀਆਂ ਦੇ ਰਾਹੀਂ ਹੀ ਉਹ ਜ਼ਮੀਨਾਂ ਜਿਹੜੀਆਂ ਲੀਜ਼ ਤੇ ਦੇ ਕੇ ਘੱਟ ਲੀਜ਼ ਤੇ ਆਪਣੇ ਚਹੇਤਿਆਂ ਨੂੰ ਘੱਟ ਲੀਜ਼ ਤੇ ਦਿੱਤੇ ਨੇ 30-30 ਸਾਲਾਂ ਵਾਸਤੇ ਜਾਂ 33-33 ਸਾਲਾਂ ਵਾਸਤੇ। ਤਾਂ ਇਸ ਵੇਲੇ ਪੰਜਾਬ ਸਰਕਾਰ ਨੇ ਸਾਰੀਆਂ ਉਹ ਜ਼ਮੀਨਾਂ ਦਾ ਵੇਰਵਾ ਜਿਹੜਾ ਉਹ ਇਕੱਠਾ ਕਰਦੇ ਆ ਤਾਂ ਕਿਹੜੇ ਕਿਹੜੇ ਟਰਸਟ ਮਤਲਬ ਜ਼ਿਆਦਾ ਵੇਖਣ ਦੇ ਵਿੱਚ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜਿਨ੍ਹਾਂ ਨੂੰ ਵੀ ਉਹ ਲੀਜ਼ ਤੇ ਜ਼ਮੀਨਾਂ ਦਿੱਤੀਆਂ ਗਈਆਂ ਨੇ ਉਹਨਾਂ ਸਾਰਿਆਂ ਦਾ ਸਬੰਧ ਅਖੀਰਲਾ ਸਿਰਾ ਕਾਂਗਰਸ ਦੇ ਸਾਬਕਾ ਮੰਤਰੀਆਂ ਦੇ ਨਾਲ ਜਾ ਕੇ ਕਿਤੇ ਨਾ ਕਿਤੇ ਜੁੜਦਾ। ਜਿਸ ਤਰੀਕੇ ਨਾਲ ਮੈਂ ਆਹ ਗਊਸ਼ਾਲਾ ਟਰਸਟ ਦੀ ਗੱਲ ਕੀਤੀ ਆ ਉਹ ਡਾਕਟਰ ਬਲਬੀਰ ਸਿੰਘ ਦੇ ਨਾਲ ਜੁੜਦਾ ਸਿੱਧੂ ਦੇ ਨਾਲ। ਸੋ ਇਹੋ ਜਿਹੇ ਸੰਦਰਭ ਦੇ ਵਿੱਚ ਕਾਂਗਰਸੀ ਬਲਬੀਰ ਸਿੰਘ ਜਿਹੜੇ ਜਿਹੜੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਮੋਹਾਲੀ ਵਾਲੇ ਜਿਹੜੇ ਕਾਂਗਰਸ ਦੀ ਸਰਕਾਰ ਦੇ ਵਿੱਚ ਸਿਹਤ ਮੰਤਰੀ ਸਨ, ਮੈਂ ਉਹਨਾਂ ਦੀ ਗੱਲ ਕਰ ਰਿਹਾ ਕੈਪਟਨ ਅਮਰਿੰਦਰ ਦੀ ਸਰਕਾਰ ਸੀ। ਸੋ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਇਸ ਪਾਸੇ ਹੋ ਤੁਰੀ ਆ ਤੇ ਜੇਕਰ ਹੁਣ ਇਸ ਪਾਸੇ ਹੋ ਤੁਰੀ ਆ ਤਾਂ ਆਪਣੇ ਚੱਠਾ ਸਾਹਿਬ ਤੁਸੀਂ ਦੇਖਿਓ ਕਿ ਆਉਂਦਿਆਂ ਦਿਨਾਂ ਦੇ ਵਿੱਚ ਇਸ ਮਸਲੇ ਦੇ ਵਿੱਚ ਵੀ ਉਹਨਾਂ ਨੇ ਕਾਫੀ ਬੰਦਿਆਂ ਨੂੰ ਜਾਂ ਸਾਬਕਾ ਕਾਂਗਰਸੀ ਵਿਧਾਇਕਾਂ ਨੂੰ ਸਾਬਕਾ ਮੰਤਰੀਆਂ ਨੂੰ ਆਪਣੇ ਘੇਰੇ ਦੇ ਵਿੱਚ ਲੈ ਲੈਣਾ ਹੈ। ਸੋ ਇਹੋ ਜਿਹੇ ਜਦੋਂ ਜਾਂਚਾਂ ਸ਼ੁਰੂ ਹੁੰਦੀਆਂ ਨੇ ਤਾਂ ਫਿਰ ਆਪਣੇ ਚੱਠਾ ਸਾਹਿਬ ਫਿਰ ਤਾਂ ਕਲੀਅਰ ਹੀ ਆ ਕਿ ਫਿਰ ਬਚਦਾ ਕੋਈ ਵੀ ਨਹੀਂ ਆ, ਉਹ ਭਾਵੇਂ ਕਿਸੇ ਵੀ ਪਾਰਟੀ ਦੇ ਵਿੱਚ ਜਾ ਕੇ ਸ਼ਾਮਿਲ ਹੋ ਗਿਆ ਹੋਵੇ ਜਾਂ ਨਾ ਹੋਇਆ ਹੋਵੇ। ਜਦੋਂ ਹੁਣ ਸਰਕਾਰ ਇਹਨਾਂ ਨਜਾਇਜ਼ ਕਬਜ਼ਿਆਂ ਨੂੰ ਨਜਾਇਜ਼ ਚੀਜ਼ਾਂ ਜਿਹੜੀਆਂ ਬੀਤੇ ਦੌਰ 'ਚ ਆਪਣੇ ਚਹੇਤਿਆਂ ਨੂੰ ਖੁਸ਼ ਕਰਨ ਵਾਸਤੇ ਦਿੱਤੀਆਂ ਗਈਆਂ ਨੇ, ਹੁਣ ਸਰਕਾਰ ਦੀ ਜੇਕਰ ਇਹ ਨੀਤੀ ਸਪਸ਼ਟ ਆ ਕਿ ਅਸੀਂ ਸਭ ਕੁਝ ਉਹ ਚੀਜ਼ਾਂ ਸਰਕਾਰੀ ਦਬਾਅ ਹੇਠ ਲਿਆਉਣੀਆਂ ਨੇ ਤਾਂ ਫਿਰ ਉਹਨਾਂ ਨੂੰ ਡੱਕ ਕੌਣ ਸਕਦਾ। ਪਰ ਇਹਦੇ ਨਾਲ ਸਾਬਕਾ ਕਾਂਗਰਸੀ ਮੰਤਰੀਆਂ ਸਾਬਕਾ ਕਾਂਗਰਸੀ ਵਿਧਾਇਕਾਂ ਦੀਆਂ ਮੁਸ਼ਕਲਾਂ ਜ਼ਰੂਰ ਵਧਣਗੀਆਂ, ਭਾਵੇਂ ਉਹ ਭਾਜਪਾ ਦੇ ਵਿੱਚ ਚਲੇ ਗਏ ਨੇ ਤਾਂ ਭਾਵੇਂ ਉਹ ਕਾਂਗਰਸ ਦੇ ਵਿੱਚ ਹੀ ਨੇ, ਮੁਸ਼ਕਲਾਂ ਜਿਹੜੀਆਂ ਉਹ ਜ਼ਰੂਰ ਵਧਣਗੀਆਂ। ਜਿਹੜੇ ਆਉਂਦੇ ਦਿਨ ਨੇ ਉਹ ਜ਼ਰੂਰ ਇਹਨਾਂ ਵਾਸਤੇ ਮੁਸ਼ਕਲਾਂ ਭਰੇ ਹੋ ਸਕਦੇ ਜੀ। ਬਿਲਕੁਲ, ਤਾਂ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮਾਨ ਸਰਕਾਰ ਹੈ ਜਿਹੜੀ ਉਹ ਐਕਸ਼ਨ 'ਤੇ ਐਕਸ਼ਨ ਲੈਂਦੀ ਨਜ਼ਰ ਆ ਰਹੀ ਹੈ, ਭਾਵੇਂ ਨਜਾਇਜ਼ ਕਬਜ਼ਿਆਂ ਨੂੰ ਲੈ ਕੇ ਹੋਵੇ, ਭਾਵੇਂ ਗੱਲ ਕੀਤੀ ਜਾਵੇ ਕਿਤੇ ਤੇ ਘੁਟਾਲਿਆਂ ਨੂੰ ਲੈ ਕੇ ਹੋਵੇ। ਅਤੇ ਨਾਲ ਹੀ ਗੱਲ ਕਰਾਂਗੇ ਅਣਖੀ ਸਾਹਿਬ, ਜਿਸ ਤਰੀਕੇ ਦੇ ਨਾਲ ਹੁਣ ਲਾਰੰਸ ਬਿਸ਼ਨੋਈ ਹੈ ਉਸਨੂੰ 7 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ, ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਨਾਲ ਤਾਰ ਜੁੜਦੇ ਨੇ, ਤਾਂ ਕੀ ਲੱਗਦਾ ਜਿਸ ਤਰੀਕੇ ਦੇ ਨਾਲ ਪਹਿਲਾਂ 15 ਦਿਨ ਬੀਤ ਚੁੱਕੇ ਨੇ ਅਤੇ ਹੁਣ ਜਿਹੜਾ ਹੁਣ ਰਿਮਾਂਡ ਲਿਆ ਗਿਆ ਲਾਰੰਸ ਬਿਸ਼ਨੋਈ ਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਲੱਗਦਾ ਕਿ ਸਿੱਧੂ ਮੂਸੇਵਾਲੇ ਦੇ ਜਿਹੜੇ ਅਸਲ ਕਾਤਲ ਨੇ ਉੱਥੇ ਤੱਕ ਪਹੁੰਚ ਪਾਏਗੀ ਹੁਣ ਪੰਜਾਬ ਪੁਲਿਸ? ਦੇਖੋ, ਅਗਰ ਚੱਠਾ ਸਾਹਿਬ ਦੇਖਿਆ ਜਾਏ ਤਾਂ ਪੰਜਾਬ ਪੁਲਿਸ ਦੀ ਇਹ ਬੜੀ ਵੱਡੀ ਇੱਕ ਪ੍ਰਾਪਤੀ ਆ ਕਿ ਜਿਹੜਾ ਲਾਰੰਸ ਬਿਸ਼ਨੋਈ ਨੇ ਉਹ ਪੰਜਾਬ ਜਿੱਦਾਂ ਦੇ ਲੈ ਆਂਦਾ, ਕਿਉਂਕਿ ਅੱਜ ਤੱਕ ਲਾਰੰਸ ਬਿਸ਼ਨੋਈ ਦੀ ਪੰਜਾਬ ਪੁਲਿਸ ਇੰਟੈਰੋਗੇਟ ਹੀ ਨਹੀਂ ਉਸਨੂੰ ਕਰ ਸਕੀ। ਹਾਲਾਂਕਿ 36 ਦੇ ਕਰੀਬ ਉਹਦੇ ਉੱਤੇ ਕੇਸ ਦਰਜ ਨੇ ਲਾਰੰਸ ਦੇ ਉੱਤੇ, 20 ਜਿਹੜੇ ਨੇ ਇਕੱਲੇ ਪੰਜਾਬ ਦੇ ਵਿੱਚ ਦਰਜ, ਤੇ ਅੱਜ ਤੱਕ ਲਾਰੰਸ ਬਿਸ਼ਨੋਈ ਦੀ ਜਿਹੜੀ ਇੰਟੈਰੋਗੇਸ਼ਨ ਆ ਉਹ ਕਦੇ ਤਰੀਕੇ ਨਾਲ ਹੋਈ ਨਹੀਂ ਪੰਜਾਬ ਦੇ ਵਿੱਚ ਜਾਂ ਪੰਜਾਬ ਪੁਲਿਸ ਕਰ ਹੀ ਨਹੀਂ ਸਕੀ, ਕਿਉਂਕਿ ਇਹੋ ਜਿਹੇ ਕਾਨੂੰਨੀ ਦਾਅ ਵਿੱਚ ਉਹ ਖੇਡਦਾ ਰਿਹਾ ਜਿਨ੍ਹਾਂ ਦੇ ਵਿੱਚ ਹਮੇਸ਼ਾ ਉਹ ਪੰਜਾਬ ਪੁਲਿਸ ਦੇ ਹੱਥੋਂ ਬਚ ਜਾਂਦਾ ਰਿਹਾ। ਪਰ ਖੈਰ, ਬੀਤੀ ਰਾਤ ਜਿਸ ਤਰੀਕੇ ਨਾਲ ਸਮੁੱਚੀ ਪੰਜਾਬ ਸਰਕਾਰ ਹੀ ਕਹਾਂਗਾ, ਕਿਉਂਕਿ ਜੇਕਰ ਐਡਵੋਕੇਟ ਜਨਰਲ ਖੁਦ ਉੱਥੇ ਜਾ ਕੇ ਹਾਜ਼ਰ ਹੋ ਜਾਂਦਾ ਤੇ ਮਾਨਯੋਗ ਅਦਾਲਤ ਦੇ ਵਿੱਚ ਹਰ ਤਰੀਕੇ ਦਾ ਤਰਕ ਦੇ ਕੇ ਉਸ ਨੂੰ ਪੰਜਾਬ ਲਿਆਉਣ ਦੇ ਵਿੱਚ ਸਫਲ ਹੋ ਜਾਂਦੇ ਆ, ਤਾਂ ਇਸ ਦਾ ਸਾਫ਼ ਅਰਥ ਇਹੋ ਹੀ ਆ ਕਿ ਪੰਜਾਬ ਸਰਕਾਰ ਸਿੱਧੂ ਮੂਸੇਵਾਲ ਦੇ ਕਤਲ ਨੂੰ ਲੈ ਕੇ ਬਹੁਤ ਗੰਭੀਰ ਹੈਗੀ ਆ, ਬਹੁਤ ਗੰਭੀਰਤਾ ਨਾਲ ਚੱਲਦੀ ਪਈ ਹੈ। ਉਸਦੇ ਚੱਲਣ ਦੇ 1-2 ਕਾਰਨ ਵੀ ਨੇ। ਕਾਰਨ ਇਹ ਨੇ ਕਿ ਜਿਸ ਤਰੀਕੇ ਨਾਲ ਬੀਤੇ ਦੌਰ ਦੇ ਵਿੱਚ ਪੰਜਾਬ ਦੇ ਵਿੱਚ ਕੁਝ ਘਟਨਾਵਾਂ ਹੋਈਆਂ ਨੇ, ਜਿਸ ਤਰ੍ਹਾਂ ਜਿਹੜਾ ਚੰਡੀਗੜ੍ਹ ਦਾ ਜਿਹੜਾ ਪੰਜਾਬ ਪੁਲਿਸ ਦਾ ਇੰਟੈਲੀਜੈਂਸ ਬਿਊਰੋ ਦੇ ਦਫ਼ਤਰ ਦੇ ਉੱਤੇ ਹਮਲਾ ਹੋਣਾ,
ਉਹਦੇ ਵਿੱਚ ਜਿਹੜਾ ਹਥਿਆਰ ਵਰਤਿਆ ਗਿਆ ਉਹ ਦੂਜੇ ਪਾਸੇ ਜਿਸ ਤਰੀਕੇ ਨਾਲ ਸਿੱਧੂ ਮੂਸੇਵਾਲ ਦੇ ਕਤਲ ਦੇ ਵਿੱਚ N95 ਗਨ ਦੀ ਗੱਲ ਹੋ ਰਹੀ ਆ ਜਿਹੜੀ ਅਜੇ ਭਾਰਤ ਦੀ ਫੌਜ ਕੋਲ ਵੀ ਨਹੀਂ ਆ ਅਗਰ ਉਹ ਆਏ ਨੇ ਹਥਿਆਰ ਤੇ ਕਿਸ ਤਰ੍ਹਾਂ ਆਏ ਨੇ ਤੇ ਆਏ ਕਿਸ ਤਰ੍ਹਾਂ ਆਏ ਤੇ ਕਿਹੜੇ ਬੰਦਿਆਂ ਦੇ ਰਾਹੀਂ ਆਏ ਤੇ ਇਸ ਸਾਰੇ ਐਪੀਸੋਡ ਦੇ ਵਿੱਚ ਕਿਉਂਕਿ ਲਾਰੈਂਸ ਬਿਸ਼ਨੋਈ ਦਾ ਨਾਂ ਆ ਰਿਹਾ ਸੋ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਹੁਣ ਪੁੱਛ ਕੇ 7 ਦਿਨ ਦਾ ਜਿਹੜਾ ਰਿਮਾਂਡ ਲਿਆ ਇਸ ਰਿਮਾਂਡ ਦੇ ਵਿੱਚ ਜਿੱਥੇ ਪੁਲਿਸ ਨੇ ਲਾਰੈਂਸ ਬਿਸ਼ਨੋਈ ਤੋਂ ਇਹ ਪੁੱਛਣਾ ਕਿ ਉਹਦਾ ਸਿੱਧੂ ਮੂਸੇਵਾਲ ਦੇ ਕਤਲ ਵਿੱਚ ਸਿੱਧਾ ਹੱਥ ਹੈ ਤੇ ਜੇ ਹੱਥ ਹੈਗਾ ਤੇ ਕੀ ਕਾਰਨ ਸੀ ਕੀ ਵਾਕਿਆ ਮਿੱਕੂ ਵਿੱਕੀ ਮਿੱਲੂ ਖੇੜਾ ਦਾ ਕਤਲ ਦਾ ਬਦਲਾ ਜਾਂ ਕੋਈ ਰੰਗਦਾਰੀ ਜਾਂ ਫਰੌਤੀ ਲੈਣ ਦਾ ਮੁੱਦਾ ਤੇ ਦੂਜੇ ਪਾਸੇ ਇਹ ਜਿਹੜੇ ਹਥਿਆਰ ਆ ਰਹੇ ਨੇ ਪੰਜਾਬ ਦੇ ਵਿੱਚ ਉਹ ਵੀ ਤੇਰੇ ਗੁਰਗਿਆਂ ਕੋਲ ਤੇ ਇਹ ਕਿਸ ਤਰੀਕੇ ਨਾਲ ਆਏ ਕੀ ਪਾਕਿਸਤਾਨ ਦੀ ISI ਏਜੰਸੀ ਦੇ ਨਾਲ ਇਹਨਾਂ ਦੇ ਸੰਬੰਧ ਨੇ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਬੀਤੇ ਦੌਰ ਚ ਕਹਿੰਦੇ ਰਹੇ ਨੇ ਕਿ ਡਰੋਨ ਦੇ ਰਾਹੀਂ ਬੜੇ ਪੰਜਾਬ ਵਿੱਚ ਖਤਰਨਾਕ ਹਥਿਆਰ ਜਿਹੜੇ ਆ ਰਹੇ ਨੇ ਤੇ ਜੇਕਰ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਨੂੰ ਸੁਣੀ ਤੇ ਅੱਜ ਜਿਹੋ ਜਿਹੇ ਹਥਿਆਰਾਂ ਦੀ ਵਰਤੋਂ ਦੀ ਗੱਲ ਹੋ ਰਹੀ ਆ ਇਹਨਾਂ ਸਾਰਿਆਂ ਦੀ ਜਿਹੜੀ ਘੁੰਡੀ ਆ ਜਾਂ ਚਾਬੀ ਆ ਉਹ ਲਾਰੈਂਸ ਬਿਸ਼ਨੋਈ ਦੇ ਕੋਲ ਜ਼ਰੂਰ ਪਹੁੰਚਦੀ ਰਹਿੰਦੀ ਆ ਤਾਂ ਸੋ ਪੰਜਾਬ ਪੁਲਿਸ ਨੇ ਹੁਣ ਇਹਨਾਂ 7 ਦਿਨਾਂ ਦੇ ਵਿੱਚ ਪੂਰਨ ਤੌਰ ਤੇ ਉਹਨੂੰ ਖੰਗਾਲਣਾ ਹੈ ਜੋ ਵੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਹਨਾਂ ਨੇ ਸਾਹਮਣੇ ਲੈ ਕੇ ਆਉਣਾ ਚਾਹੇ ਉਹ ਸਿੱਧੂ ਮੂਸੇਵਾਲ ਦਾ ਕਤਲ ਦਾ ਮਸਲਾ ਹੋਵੇ ਜੀ ਉਹਨਾਂ ਦੇ ਕਾਤਲਾਂ ਨੂੰ ਫੜਨ ਦੀ ਗੱਲ ਹੋਵੇ ਤੇ ਚਾਹੇ ਪੰਜਾਬ ਦੇ ਅੰਦਰ ਹਥਿਆਰ ਜਿਹੜੇ ਖਤਰਨਾਕ ਹਥਿਆਰ ਆ ਰਹੇ ਨੇ ਉਹਨਾਂ ਦੀ ਗੱਲ ਹੋਵੇ ਹੁਣ ਕੱਲ ਜਿਸ ਤਰੀਕੇ ਨਾਲ ਮੋਹਾਲੀ ਪੁਲਿਸ ਨੇ ਕੱਲ ਵੀ 2 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਬਾਰਡਰ ਦੇ ਨਾਲ ਜਿਨ੍ਹਾਂ ਨੇ ਹਥਿਆਰਾਂ ਦੀ ਸਪਲਾਈ ਕੀਤੀ ਤਾਂ ਉਹ ਕਹਿੰਦੇ ਕਿ ਬਾਰਡਰ ਦੇ ਖੇਤਰ ਤੋਂ ਹਥਿਆਰ ਆਉਂਦੇ ਤੇ ਉਹਨਾਂ ਬੰਦਿਆਂ ਦਾ ਸਿੱਧਾ ਸੰਬੰਧ ਗੋਲਡੀ ਬਰਾੜ ਨਾਲ ਹੈਗਾ ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਦਾ ਕਰਿੰਦਾ ਆਗੂ ਹੈਗਾ ਸੋ ਇਹ ਸਾਰੇ ਸਥਿਤੀਆਂ ਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਜਿਹੜਾ ਰਿਮਾਂਡ ਪੰਜਾਬ ਪੁਲਿਸ ਨੇ 7 ਦਿਨਾਂ ਦਾ ਹਾਸਲ ਕੀਤਾ ਇਹ ਬੜਾ ਮਹੱਤਵਪੂਰਨ ਬਣ ਜਾਂਦਾ ਔਰ ਇਹ ਸਾਰੀਆਂ ਉਹਨਾਂ ਸਾਜ਼ਿਸ਼ਾਂ ਤੋਂ ਪਰਦਾ ਚੁੱਕੇਗਾ ਕਿ ਜਿਹੜੀਆਂ ਸਾਜ਼ਿਸ਼ਾਂ ਚਾਹੇ ਵਿਦੇਸ਼ ਵਿੱਚ ਰਚੀਆਂ ਜਾ ਰਹੀਆਂ ਚਾਹੇ ਪੰਜਾਬ ਚ ਰਚੀਆਂ ਜਾ ਰਹੀਆਂ ਵੱਡੀ ਗੱਲ ਆਪਣੇ ਚੱਠਾ ਸਾਹਿਬ ਇਹ ਆ ਕਿ ਇਹਦੀ ਇੱਕ ਜਾਂਚ ਸਾਹਮਣੇ ਆਉਣੀ ਚਾਹੀਦੀ ਜੇ ਲਾਰੈਂਸ ਬਿਸ਼ਨੋਈ ਇਹ ਗੱਲ ਮੁੱਕਰ ਜਾਂਦਾ ਕਿ ਹਾਂ ਵੀ ਉਹਦਾ ਇਸ ਕਤਲਕਾਂਡ 'ਚ ਕੋਈ ਹਿੱਸਾ ਨਹੀਂ ਕੋਈ ਹੱਥ ਨਹੀਂ ਤਾਂ ਫਿਰ ਇਹ ਵੀ ਜਾਂਚ ਦਾ ਵਿਸ਼ਾ ਹੋਏਗਾ ਕਿ ਲਾਰੈਂਸ ਬਿਸ਼ਨੋਈ ਦਾ ਨਾਂ ਕੌਣ ਵਰਤਦਾ ਪਿਆ ਕੌਣ ਉਹਨੂੰ ਇਸ ਤਰੀਕੇ ਦੇ ਨਾਲ ਇਹ ਚੀਜ਼ਾਂ ਨਾਲ ਅੱਗੇ ਆ ਰਿਹਾ ਪਰ ਹੁਣ ਤੱਕ ਦੀ ਜਿਹੜੀ ਜਾਂਚ ਹੈਗੀ ਆ ਚਾਹੇ ਉਹ ਦਿੱਲੀ ਪੁਲਿਸ ਦੀ ਜਾਂਚ ਹੋਵੇ ਚਾਹੇ ਪੰਜਾਬ ਪੁਲਿਸ ਦੀ ਜਾਂਚ ਹੋਵੇ ਉਹਦੇ ਵਿੱਚ ਇਹੋ ਹੀ ਇੱਕ ਗੱਲ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਲਾਰੈਂਸ ਜਿਹੜਾ ਬਿਸ਼ਨੋਈ ਆ ਸਿੱਧੂ ਮੂਸੇਵਾਲ ਦੇ ਕਤਲ ਦਾ ਮਾਸਟਰ ਮਾਈਂਡ ਇਹੋ ਹੀ ਹੈ ਬਾਕੀ ਜਿਹੜੇ ਤੱਥ ਨੇ ਉਹ ਸਮੇਂ ਸਮੇਂ ਦੇ ਹੁਣ ਸਾਹਮਣੇ ਹੋਣਗੇ ਪੁਲਿਸ ਜਿਹੜੀ ਬਰੀਫਿੰਗ ਦੇ ਵੀ ਜਿਸ ਤਰੀਕੇ ਨਾਲ ਹੁਣ ਜਾਣਕਾਰੀ ਸਾਡੇ ਤੱਕ ਪਹੁੰਚੀ ਆ ਕਿ ਖਰੜ ਦੇ CI ਸਟਾਫ ਦੇ ਵਿੱਚ ਲਾਰੈਂਸ ਬਿਸ਼ਨੋਈ ਤੋਂ ਜਿਹੜੀ ਪੁੱਛਗਿੱਛ ਆ ਉਹ ਬਕਾਇਦਾ ਤੌਰ ਤੇ ਸ਼ੁਰੂ ਹੋ ਚੁੱਕੀ ਆ ਔਰ 50 ਦੇ ਕਰੀਬ ਉਸਨੂੰ ਜਿਹੜੇ ਸਵਾਲ ਨੇ ਅੱਜ ਪੁੱਛੇ ਜਾਣਗੇ ਤੇ ਉਹ ਜਿਹੜੇ ਕੱਲ ਜਿਹੜੇ 2 ਬੰਦੇ ਫੜੇ ਨੇ ਹਥਿਆਰਾਂ ਦੀ ਸਮਗਲਿੰਗ ਵਾਲੇ ਗੋਲਡੀ ਬਰਾੜ ਦੇ ਜਿਹੜੇ ਗੁਰਗੇ ਨੇ ਲਾਰੈਂਸ ਵਾਸਤੇ ਕੰਮ ਕਰਦੇ ਨੇ ਉਹਨਾਂ ਨੂੰ ਵੀ ਆਮੋ ਸਾਹਮਣੇ ਬਿਠਾ ਕੇ ਗੱਲਬਾਤ ਜਿਹੜੀ ਪੁੱਛੀ ਜਾਏਗੀ ਸੋ ਆਸ ਕਰ ਸਕਦੇ ਹਾਂ ਕਿ ਇਸ 7 ਦਿਨਾਂ ਦੇ ਰਿਮਾਂਡ 'ਚ ਪੰਜਾਬ ਪੁਲਿਸ ਸ਼ਾਇਦ ਸਿੱਧੂ ਮੂਸੇਵਾਲ ਦੇ ਕਾਤਲਾਂ ਤੱਕ ਪਹੁੰਚਣ ਦੇ ਨਾਲ ਨਾਲ ਪੰਜਾਬ ਵਿੱਚ ਵਾਪਰੀਆਂ ਬੀਤੇ ਦਿਨ ਦੀਆਂ ਅੱਤਵਾਦੀ ਘਟਨਾਵਾਂ ਦੀ ਜੜ੍ਹ ਤੱਕ ਵੀ ਪਹੁੰਚ ਸਕੇਗੀ ਇਹ ਆਸ ਕੀਤੀ ਜਾ ਸਕਦੀ ਜੀ ਬਿਲਕੁਲ ਤਾਂ ਕਿਤੇ ਨਾ ਕਿਤੇ ਦੇਖਣਾ ਹੋਏਗਾ ਕਿ ਆਖਰ ਕਦੋਂ ਤੱਕ ਸਿੱਧੂ ਮੂਸੇਵਾਲੇ ਦੇ ਕਤਲ ਦਾ ਮਾਮਲਾ ਜਿਹੜਾ ਹੱਲ ਕਰਨ ਦੇ ਵਿੱਚ ਪੰਜਾਬ ਪੁਲਿਸ ਨੂੰ ਕਾਮਯਾਬ ਹੁੰਦੀ ਹੈ ਜਿਸ ਤਰੀਕੇ ਨਾਲ ਲਾਰੈਂਸ ਬਿਸ਼ਨੋਈ ਨੂੰ 7 ਦਿਨ ਦੇ ਰਿਮਾਂਡ 'ਤੇ ਲਿਆ ਗਿਆ ਅਤੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਮਾਨ ਸਰਕਾਰ ਦੇ ਵੱਲੋਂ ਇੱਕ ਅਹਿਮ ਫੈਸਲਾ ਲਿਆ ਗਿਆ ਸੀਗਾ ਜਿਹੜਾ ਸਰਕਾਰੀ ਵੋਲਵੋ ਬੱਸਾਂ ਨੇ ਜਿਹੜੀਆਂ ਹੁਣ ਦਿੱਲੀ ਏਅਰਪੋਰਟ ਤੱਕ ਚੱਲਣਗੀਆਂ ਪੰਜਾਬ ਤੋਂ ਤਾਂ ਇਸ ਨੂੰ ਲੈ ਕੇ ਅੱਜ ਹਰੀ ਝੰਡੀ ਦੇਣਗੇ ਅਰਵਿੰਦ ਕੇਜਰੀਵਾਲ ਤਾਂ ਕਿਵੇਂ ਦੇਖਦੇ ਹੋ ਵੱਡੇ ਨਿੱਜੀ ਟਰਾਂਸਪੋਰਟ ਘਰਾਣਿਆਂ ਨੂੰ ਕਿੱਡਾ ਕੁ ਵੱਡਾ ਝਟਕਾ ਕਹਿ ਲਿਆ ਜਾਵੇ ਦੇਖੋ ਅਗਰ ਅੱਜ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਜਿਹੜੀਆਂ ਸਰਕਾਰੀ ਬੱਸਾਂ ਨੇ ਦਿੱਲੀ ਏਅਰਪੋਰਟ ਤੱਕ ਜਾਣ ਬਹੁਤ ਘੱਟ ਰੇਟਾਂ ਤੇ ਉਸਨੂੰ ਹਰੀ ਝੰਡੀ ਦੇਣ ਦਾ ਇੱਕ ਫੈਸਲਾ ਪੰਜਾਬ ਦੇ ਲੋਕਾਂ ਵਾਸਤੇ ਕੀਤਾ ਤਾਂ ਇੱਕ ਬਹੁਤ ਮਹੱਤਵਪੂਰਨ ਫੈਸਲਾ ਆ ਜਿਸ ਦਾ ਲੋਕ ਜਿਹੜੇ ਨੇ ਸਵਾਗਤ ਕਰਦੇ ਨੇ ਜੀ ਇਹ ਚੱਠਾ ਸਾਹਿਬ ਤੁਸੀਂ ਮੈਨੂੰ ਸਵਾਲ ਪੁੱਛਿਆ ਕਿ ਨਿੱਜੀ ਅਦਾਰਿਆਂ ਨੂੰ ਕਿਵੇਂ ਅਗਰ ਵੇਖਿਆ ਜਾਵੇ ਤਾਂ ਅਜੇ ਤੱਕ ਇਸ ਦਿੱਲੀ ਪੰਜਾਬ ਏਅਰਪੋਰਟ ਤੱਕ ਮਾਫ ਕਰਦਾ ਪੰਜਾਬ ਤੋਂ ਦਿੱਲੀ ਏਅਰ ਹਵਾਈ ਅੱਡੇ ਤੱਕ ਕੇਵਲ ਇੱਕੋ ਹੀ ਘਰਾਣੇ ਦੀਆਂ ਬੱਸਾਂ ਚੱਲਦੀਆਂ ਰਹੀਆਂ ਨੇ ਤੇ ਉਹ ਘਰਾਣਾ ਕਿਹੜਾ ਆ ਉਹ ਸਾਰਿਆਂ ਨੂੰ ਪਤਾ ਹੈਗਾ ਵੋਲਵੋ ਬੱਸਾਂ ਜਿਹੜੀਆਂ ਚੱਲਦੀ ਸੀ ਤਾਂ ਕਿਉਂਕਿ ਉਸ ਘਰਾਣੇ ਦਾ 10 ਸਾਲ ਤਾਂ ਖੁਦ ਰਾਜ ਰਿਹਾ ਉਗਲੇ 5 ਸਾਲ ਜਿਹੜੇ ਸੀ ਕਾਂਗਰਸ ਪਾਰਟੀ ਦੇ ਸੀ ਤੇ ਕਾਂਗਰਸ ਪਾਰਟੀ ਦੇ ਨਾਲ ਵੀ ਉਸ ਰਾਜਸੀ ਘਰਾਣੇ ਦੇ ਕਿਹੋ ਜਿਹੇ ਸੰਬੰਧ ਸਨ ਉਹ ਸਾਰਿਆਂ ਲੋਕਾਂ ਨੂੰ ਪਤਾ ਸੋ 15 ਸਾਲ ਤਾਂ ਉਹਨਾਂ ਨੇ ਪੂਰੇ ਬੁੱਲੇ ਜਿਹੜੇ ਨੇ ਉਹ ਲੁੱਟੇ ਨੇ ਠੀਕ ਆ
ਜਦੋਂ ਚੱਠਾ ਆਪਣੇ ਚੱਠਾ ਸਾਹਿਬ ਜਦੋਂ ਰਾਜਾ ਵੜਿੰਗ ਟਰਾਂਸਪੋਰਟ ਮੰਤਰੀ ਬਣਦੇ ਆ ਤਾਂ ਫਿਰ ਉਹਨਾਂ ਵੱਲੋਂ ਉਹ ਬੱਸਾਂ ਡੱਕੀਆਂ ਗਈਆਂ। ਪਰ ਹੁਣ ਤਾਂ ਪੂਰਨ ਤੌਰ ਤੇ ਸਰਕਾਰ ਜਿਹੜੀ ਆ ਨਾ ਉਹਨਾਂ ਦੀ ਆ ਤੇ ਨਾ ਹੀ ਉਹਨਾਂ ਦੇ ਚਾਚਿਆਂ ਦੀ ਆ, ਸਰਕਾਰ ਇਸ ਵੇਲੇ ਆਮ ਆਦਮੀ ਪਾਰਟੀ ਦੀ ਆ ਤੇ ਕੁਦਰਤੀ ਤੌਰ ਤੇ ਉਸ ਨਿੱਜੀ ਬੱਸਾਂ ਵਾਲਿਆਂ ਨੂੰ ਘਾਟਾ ਤੇ ਪਹੁੰਚੇਗਾ ਪਹੁੰਚੇਗਾ, ਧੱਕਾ ਤਾਂ ਲੱਗੇਗਾ ਲੱਗੇਗਾ, ਕਿਉਂਕਿ ਜਿੱਥੇ ਇੱਕ ਫੇਰਾ ਜਿਹੜਾ ਸੀ ਉਹ ਘੱਟ ਤੋਂ ਘੱਟ ਅਸੀਂ ਕਹਿ ਸਕਦੇ ਕਿ 4-5 ਲੱਖ ਰੁਪਈਆ ਉਹ ਫੇਰਾ ਉਹਨਾਂ ਨੂੰ ਛੱਡਦੇ ਸੀ ਆਪਣਾ ਹੈਂਡ ਡਾਊਨ ਜਿਹੜਾ ਸੀ ਜੀ। ਤੇ ਜੇਕਰ ਹੁਣ ਉਹ ਘਾਟਾ ਬਣਦਾ ਤਾਂ ਇੱਕ ਧੱਕਾ ਤਾਂ ਲੱਗਦਾ ਹੀ ਲੱਗਦਾ ਆ। ਬਾਕੀ ਪੰਜਾਬ ਸਰਕਾਰ ਨੂੰ ਹੁਣ ਇਹ ਚਾਹੀਦਾ ਜ਼ਰੂਰ ਆ, ਬੱਸਾਂ ਤਾਂ ਉਹਨਾਂ ਨੇ ਚਲਾ ਰਹੀਆਂ, ਪਰ ਬੱਸਾਂ ਦੇ ਵਿੱਚ ਹਰ ਤਰੀਕੇ ਦੀ ਸਹੂਲਤ ਜਿਹੜੀ ਆ ਦਿੱਲੀ ਏਅਰਪੋਰਟ ਤੇ ਜਾਣ ਵਾਲੇ ਯਾਤਰੀਆਂ ਨੂੰ ਤੇ ਉਧਰੋਂ ਐਨ ਆਉਣ ਵਾਲੇ ਯਾਤਰੀਆਂ ਨੂੰ ਮਿਲਣੀ ਚਾਹੀਦੀ ਆ। ਆਮ ਤੌਰ ਤੇ ਇਸ ਤਰ੍ਹਾਂ ਹੁੰਦਾ ਸੀ ਜਿਹੜੀਆਂ ਪ੍ਰਾਈਵੇਟ ਬੱਸਾਂ ਵਾਲਵੋ ਜਿਹੜੀਆਂ ਚੱਲਦੀਆਂ ਸਨ ਕਿ ਜੇਕਰ ਰਸਤੇ ਦੇ ਵਿੱਚ ਮੰਨ ਲਓ ਕਿ ਬੱਸ ਖਰਾਬ ਹੋ ਜਾਂਦੀ ਆ ਤਾਂ ਜਿਹੜੇ ਪ੍ਰਾਈਵੇਟ ਨਿੱਜੀ ਆਪਰੇਟਰ ਜਿਨ੍ਹਾਂ ਦੀਆਂ ਬੱਸਾਂ ਚੱਲਦੀਆਂ ਸਨ ਉਸੇ ਵੇਲੇ ਦੂਜੀ ਬੱਸ ਦਾ ਇੰਤਜ਼ਾਮ ਕਰਕੇ ਜਿਹੜੇ ਸਵਾਰੀ ਸੀ ਉਹਨਾਂ ਨੂੰ ਉਹਨਾਂ ਦੇ ਮੰਜ਼ਿਲ ਤੱਕ ਪਹੁੰਚਾਉਂਦੇ ਸਨ। ਸੋ ਇਹੋ ਜਿਹਾ ਇੰਤਜ਼ਾਮ ਜਿਹੜਾ ਚਾਹੇ ਉਹ PRTC ਹੋਵੇ ਤੇ ਚਾਹੇ ਪੰਜਾਬ ਬੋਰਡ ਹੋਵੇ ਉਹਨਾਂ ਸਾਰਿਆਂ ਨੂੰ ਯਾਤਰੀਆਂ ਦੀ ਸਹੂਲਤ ਵਾਸਤੇ ਇਹੋ ਜਿਹਾ ਕਰਨਾ ਚਾਹੀਦਾ। ਬੜੀ ਵਧੀਆ ਸਹੂਲਤ ਆ, ਬੜੀ ਮਾਮੂਲੀ ਟਿਕਟ ਜਿੱਥੇ ਉਹ ਵਾਲਵੋ ਜਿਹੜੀ ਨਿੱਜੀ ਅਦਾਰੇ ਸੀ ਉਹ ਹਜ਼ਾਰਾਂ ਦੇ ਹਿਸਾਬ ਨਾਲ ਲੈਂਦੇ ਸੀ, ਇਹ ਸੌਵਾਂ ਦੇ ਹਿਸਾਬ ਨਾਲ ਲੈਣਗੇ। ਸੋ ਇੱਕ ਚੰਗਾ ਸ਼ਲਾਘਾਯੋਗ ਕਦਮ ਆ, ਜਿਸ ਦੀ ਸ਼ਲਾਘਾ ਕਰਦੀ ਦਰਦੀ ਹੈ ਜੀ। ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਅਣਖੀ ਸਾਹਿਬ ਪ੍ਰੋਗਰਾਮ 'ਚ ਕੀਮਤੀ ਸਮਾਂ ਦੇਣ ਦੇ ਲਈ। ਬਹੁਤ ਬਹੁਤ ਸ਼ੁਕਰੀਆ ਚੱਠਾ ਸਾਹਿਬ। ਸਾਡੇ ਨਾਲ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਨੇ ਹੁਣ ਤੱਕ ਦੀਆਂ ਤਮਾਮ ਖਬਰਾਂ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ। ਲਾਰੈਂਸ ਬਿਸ਼ਨੋਈ ਨੂੰ ਲੈ ਕੇ ਜਾਂ ਫਿਰ ਮਾਨ ਸਰਕਾਰ ਦੇ ਫੈਸਲੇ ਨੂੰ ਲੈ ਕੇ ਗੱਲ ਕੀਤੀ ਜਾਵੇ ਜਾਂ ਫਿਰ ਸਾਬਕਾ ਕਾਂਗਰਸੀਆਂ ਦੇ ਉੱਤੇ ਕਾਰਵਾਈ ਦੀ ਗੱਲ ਕੀਤੀ ਜਾਵੇ ਉਸ ਨੂੰ ਲੈ ਕੇ ਆਪਣੇ ਵਿਚਾਰ ਰੱਖੇ ਨੇ। ਪ੍ਰੋਗਰਾਮ ਕਿਸ ਤਰੀਕੇ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਆਪਣੀ ਰਾਏ ਸਾਨੂੰ ਜ਼ਰੂਰ ਦੇ ਸਕਦੇ ਹੋ, ਜ਼ਰੂਰ ਸਾਂਝੀ ਕਰ ਸਕਦੇ ਹੋ। ਤਾਂ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।